ਵਧੀਆ, ਨਾਲੇ ਵਰਜਿਸ਼ ਹੋ ਜਾਂਦੀ ਆ। ਹਾਂ, ਮੇਰਾ ਅੱਜ ਜਨਮ ਦਿਨ ਸੀਗਾ, ਡੱਬਾ ਲੈਣ ਚੱਲਾ ਸੀ ਮੈਂ। ਮੈਂ ਕਿਹਾ ਸ਼ਾਮ ਨੂੰ ਘੜੀ ਗੁਰਦੁਆਰੇ ਜਾਵਾਂਗੇ, ਸੂਸਾ ਮੱਥਾ ਟੇਕ ਆਵਾਂਗੇ ਨਾ। ਹੋਰ ਪਾਪਾ ਸਿਹਤਾਂ ਠੀਕ ਆ? ਓਕੇ। ਹਾਂ, ਉਮਰ ਦੇ ਹਿਸਾਬ ਨਾਲ ਹੋ ਜਾਂਦਾ ਨਾ। ਹਾਂ, ਸਹੀ ਗੱਲ ਆ, ਸਹੀ ਗੱਲ ਆ। ਕਿੱਦਾਂ ਪੁਰਾਣੇ ਬਜ਼ੁਰਗਾਂ ਕੰਮ? ਹੁਣ ਪਾਪਾ ਮੇਰਾ ਦੇਖੋ ਕਿੱਦਾਂ, ਮੈਨੂੰ ਥੋੜ੍ਹਾ ਥੋੜ੍ਹਾ ਯਾਦ ਆ, ਮੈਂ ਉਹਦੇ ਨਾਲ ਬਹੁੰਦਾ ਹੁੰਦਾ ਸੀਗਾ ਆਪਣੇ ਉੱਤੇ, ਦੂਜੇ ਦੇ ਬੋਲਦਾ ਨਾ। ਜਦੋਂ ਮੱਕੀ ਬੀਜਣੀ ਆ ਨਾ, ਉਹਨੇ ਕਹਿਣਾ ਮਗਰ ਛਿੱਟਾ ਦੇ, ਮੈਂ ਹੌਲੀ ਹੌਲੀ ਦੇਈ ਜਾਣਾ ਮੱਕੀ ਦਾ ਛਿੱਟਾ। ਹਾਂ, ਨਾ ਕਦੇ ਵੀ ਨਹੀਂ, ਸਹੀ ਗੱਲ ਆ, ਸਮਾਂ ਵਧੀਆ। ਹਾਂ, ਸਹੀ ਗੱਲ ਆ ਭਾਪਾ ਜੀ। ਨਹੀਂ, ਆਹ ਵੀ ਵਧੀਆ, ਹੁਣ ਕਈ ਬੁੜੇ ਮੰਜਿਆਂ 'ਤੇ ਪੈ ਜਾਂਦੇ ਵਿਚਾਰੇ ਕੰਮ ਦੇ ਆ, ਹੁਣ ਤੁਸੀਂ ਤਾਂ ਸਾਈਕਲ ਸੁਕਲ ਚਲਾਉਂਦੇ ਆ, ਇਹਦੇ ਨਾਲ ਵਧੀਆ ਤੰਦਰੁਸਤ ਰਹਿਣਾ ਸਰੀਰ। 25 ਸਾਲ ਜਲੰਧਰ ਹੈ? ਜਲੰਧਰ? ਅੱਛਾ, ਭੋਗਪੁਰ। ਓਕੇ। ਹਾਂ, ਪੁਰਾਣੇ ਟਾਈਮ 'ਚ ਬਜ਼ੁਰਗ ਬਾਬਾ ਚਲਾ ਲੈਂਦੇ ਸੀ ਸਾਈਕਲ, ਜਲੰਧਰ ਹੁਸ਼ਿਆਰਪੁਰ ਜਾਂ ਸਾਈਕਲ 'ਤੇ ਹੀ ਜਾਂਦੇ ਸੀ। ਓਕੇ, ਪੁਰਾਣੀਆਂ ਖੁਰਾਕਾਂ ਦਾ ਅਸਰ ਹੈਗਾ ਹਜੇ ਤੁਹਾਡੇ 'ਚ? ਚੱਲ ਠੀਕ ਹੈ ਆਪਾਂ। ਮੈਂ ਗਾਇਸ, ਇਹ ਪਾਪਾ ਜੀ ਸਾਡੇ ਪਿੰਡ ਦੇ ਨੇ, ਇਹਨਾਂ ਨਾਲ ਮੇਰੀ ਆੜੀ ਆ। ਜਿੱਦਾਂ ਮੈਂ ਲੰਘਦੇ ਵੜਦੇ ਇਹਨਾਂ ਕੋਲ ਬਹਿ ਜਾਂਦਾ ਹੁੰਦਾ, ਉੱਠ ਜਾਂਦਾ ਹੁੰਦਾ ਨਾ, ਸਿਆਣਿਆਂ ਦੇ ਨਾਲ ਵਧੀਆ ਲੱਗਦਾ ਮੈਨੂੰ, ਕੰਫਰਟੇਬਲ ਹੁੰਦਾ ਮੈਂ ਗੱਲਾਂ ਬਾਤਾਂ ਕਰਕੇ। ਅਤੇ ਅੱਜ ਤੁਹਾਨੂੰ ਪਤਾ ਮੇਰਾ ਜਨਮ ਦਿਨ ਆ, ਸੋ ਅਤੇ ਨਾਲ ਨਾਲ ਮੈਂ ਥੋੜ੍ਹਾ ਜਿਹਾ ਕੀ ਉਹਨੂੰ ਕਹਿੰਦੇ ਆ ਆਪਣੇ ਡੱਬਾ ਲੈ ਆਉਣਾ, ਅਤੇ ਨਾਲੇ ਸੂਸਾਂ ਟੇਕ ਆਉਣਾ ਘੜੀ ਮੱਥਾ, ਹੈ ਨਾ। ਕੇਕ ਕੂਕ ਤਾਂ ਮੈਂ ਕੱਟਦਾ ਨਹੀਂ ਹੈਗਾ। ਚਲੋ ਆਇਓ, ਬਣੇ ਰਹੋ ਬਲੌਗ ਨਾਲ। 4 o'clock ਹੋ ਗਿਆ, ਪੱਠੇ ਪਾ ਤੇ ਇਹਨਾਂ ਨੂੰ, ਉਹ ਦਾਣੇ ਕੱਢੇ ਅੱਜ ਡਰੰਮ ਦੇ ਵਿੱਚ, ਉਹਨਾਂ ਨੇ ਧੁੱਪ ਲਵਾਈ ਆ। ਅਤੇ ਅੱਜ ਤੁਹਾਨੂੰ ਪਤਾ ਮੇਰਾ ਬਰਥਡੇ ਆ, ਦੇਖ ਲਓ ਮੈਂ ਜੰਮ ਦਾ ਹੀ ਕੰਮ ਕਰਨ ਲੱਗ ਪਿਆ। ਸ਼ਹਿਰੀਆਂ ਦੇ ਦੇਖ ਲਓ ਕਿਵੇਂ ਹੁੰਦਾ ਨਾ ਬਰਥਡੇ, ਨਿਆਣੇ ਨੂੰ ਕਹਿੰਦੇ ਚਲੋ ਕਿਤੇ ਘੁੰਮਾ ਕੇ ਲਿਆਉਣੇ ਆ, ਅੱਜ ਤੇਰਾ ਬਰਥਡੇ ਆ। ਸਾਡਾ ਇਹ ਕਹਿੰਦੇ ਲੈ ਲਾ ਆਇਆ ਖੜਾ, ਖਬਰ ਸਾਲ ਬਾਅਦ ਫਿਰ ਆਇਆ ਖੜਾ, ਕਹਿੰਦਾ ਕੋਈ ਨਹੀਂ ਤਾਂ ਪੱਠੇ ਪਾ ਦੇਣ ਗੋਹਾ ਚੱਕ, ਬਾਅਦ 'ਚ ਦੇਖਦੇ ਹਾਂ, ਕਹਿੰਦਾ ਤੇਰਾ ਜਨਮ ਲੈ ਆਪਣੇ ਇਵੇਂ ਹੁੰਦੇ ਹੈ ਨਾ। ਇਹਨਾਂ ਨੂੰ ਕੋਈ ਨਹੀਂ ਹੁੰਦਾ ਕਿ ਸਪੈਸ਼ਲ ਡੇ ਬਣਾਈਏ ਬੱਚਿਆਂ ਲਈ ਜਾਂ ਕੁਛ ਵੀ ਲਾਈਕ ਦੈਟ, ਨੋ। ਸ਼ੁਰੂ ਤੋਂ ਉਹ ਚੀਜ਼ ਜਾਣ ਹੈ, ਪਰ ਨਹੀਂ, ਜਦੋਂ ਛੋਟਾ ਸੀਗਾ ਉਦੋਂ ਡੈਡੀ ਮੇਰਾ ਕੱਟਦਾ ਹੁੰਦਾ ਸੀ ਕੇਕ, ਲਿਆ ਕੇ ਪਿੰਡ ਦੇ ਇਕੱਠੇ ਕਰਕੇ ਹਲਵਾਈ ਲਾ ਲੂ ਕੇ, ਹੈ ਨਾ। ਮੈਂ ਵਿੱਚ ਫੋਟੋਆਂ ਲਾਊਂਗਾ ਛੋਟੇ ਹੁੰਦੇ ਦੀ, ਮਾੜਾ ਚੈੱਕ ਕਰਿਆ ਦੇਖਿਆ ਕਿੰਨੇ ਵਧੀਆ ਦਿਨ ਸੀਗੇ। ਹਾਂ, ਸੋ ਐਵੇਂ ਗੱਲਾਂ ਬਾਤਾਂ ਕਰਦੇ ਹਾਂ, ਗੱਲਬਾਤ ਮੈਂ ਬੋਲ ਰਿਹਾ ਜੀ ਭਾਅ ਜੀ, ਯਾਰ ਹੀ ਕਣਕ ਬਾਬੇ ਇਹ ਵੀ ਆਉਣਾ ਹੈਗਾ ਆਟਾ ਖਾਣ ਨੂੰ, ਡਰੰਮ ਭਰਿਆ ਬਾ ਕਣਕ ਖਾਈ ਜਾਓ। ਜਦੋਂ ਕਹਿੰਦਾ ਨਹੀਂ ਹੁੰਦਾ, ਕਹਿੰਦਾ ਫ੍ਰੀ ਦੀ ਕਣਕ ਖਾ ਸਕਦੇ ਹਾਂ, ਦਿਮਾਗ ਖਰਾਬ ਹੋਇਆ। ਫੜਾ ਕੇ ਪਤਾ ਜੀ ਅੱਛਾ ਆਪਣਾ ਆਇਆ, ਪਤਾ ਨਹੀਂ ਸਰਪ੍ਰਾਈਜ਼ ਹੀ ਹੈ ਸਮਝ ਲਓ, ਫਲਾਵਰ ਆ। ਨਹਾ ਕੇ ਦੇਖਦੇ, ਮੈਂ ਤਾਂ ਲੱਗਿਆ ਸ਼ਾਵਰ ਲੈਣਾ। ਕੇਕ ਆ ਗਿਆ ਆਪਣਾ, ਥੈਂਕ ਯੂ ਸੋ ਮੱਚ। ਅਤੇ ਇੱਦਾਂ ਥੋੜ੍ਹੀ ਤੁਹਾਨੂੰ ਮੈਂ ਕਿਹਾ ਸਿੱਧਾ ਫਰਿੱਜ 'ਚ ਰੱਖ ਦਿਓ। ਵਾਹ ਯਾਰ, ਆਹ ਦੇਖੋ ਗਾਈਸ ਕੀ ਕਰਤਾ ਮੰਮੀ ਨੇ ਕੇਕ ਦਾ, ਉਹ ਗੋਡ ਆ ਥੱਲੇ ਪਤਾ ਕਿੱਧਰ ਘੁਮਾਤਾ। ਮੰਮੀ ਨੇ ਕਹਿਣਾ ਕਰ ਦੰਦੀ ਵੱਡੀ।
ਮੈਂ ਉਹੀ ਤਾਂ ਲਾਦਾ, ਮੈਂ ਕਿਹਾ ਹਰਮਨ ਵਾਂਗ ਉਂਗਲਾਂ ਲਾ ਲਾ ਕੇ ਕਰੀਮ ਖਾਧੀ ਲੱਗਦੀ ਆ ਕਰੀਮ। ਓ ਸ਼ਿਟ ਭਰਾਵਾ, ਉਹ ਡੱਬਾ ਹੋ ਗਿਆ ਹੁਣ ਇਦਾਂ ਉਦਾਂ। ਦੱਸੋ ਗਾਈਸ, ਅੱਜ ਬਰਥਡੇ ਕਰਕੇ ਆਲ ਬਲੈਕ ਤੇ ਕੇਕ ਕੱਟਾਂਗੇ ਆਪਾਂ, ਉੱਥੇ ਕੱਟਦੇ ਹਾਂ ਤੇ ਆਹ ਨਾਲ ਫਲਾਵਰ ਆਪਣਾ। ਥੈਂਕ ਯੂ ਸੋ ਮਚ, ਡੇਟ ਕਲਾਈਪਿੰਗ ਕਰਦਾ ਸਾਰਿਆਂ ਵੀਡੀਓ 'ਚ। ਅਤੇ ਇੱਧਰ ਆਪਣਾ ਸਾਬੇ ਸੈਮਰੀਨ ਵੀ ਆ ਗਈ ਆ, ਲਾਈਕ ਦੈਟ ਕੋਕ ਆ, ਇਹਨੂੰ ਇੱਥੇ ਪਾ ਕੇ ਰੱਖ ਲੈਂਦੇ। ਮੈਂ ਕਿਹਾ ਬਾਈ ਹੁਣ ਵੀ ਖਾ ਲੂੰਗੀ ਥੋੜ੍ਹਾ। ਫਰਾਈਆਂ ਵੀ ਆ ਗਈ, ਤੁਸੀਂ ਆਪਣੀ ਵਾਲੀ ਪਲੇਟ ਲਿਆ ਦੀ ਭਾਜੀ। ਆ ਗਿਆ ਲੋ ਗਾਇਸ, ਖਾ ਪੀ ਲਿਆ ਆਪਾਂ, ਐਨ ਆਨੰਦ ਆ ਗਿਆ। ਬਾਬਾ ਤੂੰ ਕਹਿ ਡਿੱਗੀ ਇਹਨਾਂ, ਤੁਹਾਡੀ ਬਹੁਤ ਲੋੜ ਹੈ ਮਹਾਂਪੁਰਸ਼। ਮੇਰੇ ਤਾਂ 1 ਰੁਪਈਆ ਨਹੀਂ ਸੀਗਾ, 0 ਬੈਲੈਂਸ ਸੀਗਾ, ਅੱਜ ਮੰਮੀ ਨੇ ਖਰਚੇ ਮੇਰੀ ਨੇ, ਮੈਂ ਚੱਲ ਮੈਂ ਤੈਨੂੰ ਦੇ ਦੂੰਗਾ। ਅਤੇ ਕੀ ਕਹਿਣ ਲੱਗਾ ਸੀਗਾ, ਬਸ ਐਨ ਵਧੀਆ ਮੂਡ ਸੀਗਾ ਹੈ ਨਾ ਤੁਹਾਡੀ। ਸਪੈਸ਼ਲ ਥੈਂਕਸ ਫੋਰ ਰਾਜਵੀਰ, ਮੇਕ ਮਾਈ ਡੇ ਟੂਡੇ। ਥੈਂਕਸ ਫੋਰ ਰਾਜਵੀਰ, ਯੂ ਮੇਕਿੰਗ ਮਾਈ ਡੇ ਯੂ। ਥੈਂਕਸ ਫੋਰ ਰਾਜਵੀਰ ਦੇ ਸਰਪ੍ਰਾਈਜ਼ ਗਿਫਟ, ਯੂ ਮੇਕ ਮਾਈ ਡੇ, ਲਵ ਯੂ ਬੇਬੀ। ਪਹਿਲੀ ਵਾਰੀ ਬਰਥਡੇ ਮੈਂ ਕੇਕ ਕੱਟਿਆ ਅੱਜ, ਬਹੁਤ ਸਾਲਾਂ ਬਾਅਦ ਆਪਣੇ ਡੈਡੀ ਹੁੰਦੇ ਕੱਟ ਰਹਿੰਦੇ, ਬਹੁਤ ਖੁਸ਼ੀ ਹੋਈ ਮੈਨੂੰ। ਥੈਂਕ ਯੂ ਸੋ ਮੱਚ ਵੰਸ ਅਗੇਨ, ਲਵ ਯੂ। ਅਤੇ ਹੁਣ ਮੈਂ ਕਰਨਾ ਹੈਗਾ ਉਹ ਕੀ ਉਹਨੂੰ ਕਹਿੰਦੇ ਆ, ਰੱਬ ਤੁਹਾਡਾ ਭਲਾ ਕਰੇ, ਕੀ ਕਹਿੰਦੇ ਮੈਨੂੰ ਸਾਡਾ ਚੇਤਾ ਹੀ ਭੁੱਲ ਗਿਆ। ਹਾਂ ਹੁਣ ਸੱਚ ਗੈਸ ਪਾਉਣੀ ਆ ਕਾਰ ਦੇ ਵਿੱਚ, ਉਹ ਪਾਊਂਗਾ ਪਹਿਲਾਂ, ਫਿਰ ਮੈਂ ਆਪਣੇ। ਯਾਰ ਬੈਡ ਨਿਊਜ਼ ਹੋ ਗਈ ਇੱਕ, ਬਹੁਤ ਜ਼ਿਆਦਾ ਮੇਰਾ ਮਨ ਹੈ ਨਾ ਦੇਖ ਕੇ, ਬਹੁਤ ਜ਼ਿਆਦਾ ਮੇਰਾ ਮਨ ਉਹ ਹੋਇਆ ਦੇਖ ਕੇ, ਲਾਈਕ ਕਿ ਆਪਾਂ ਜੋ ਸੁਖਸਾ ਨਹੀਂ ਜਾਂਦੇ ਹੁੰਦੇ ਸੀ, ਭਾਜੀ ਹੁੰਦਾ ਸੀ ਗਾਤਰਾ, ਹੁਣ ਅੰਮ੍ਰਿਤ ਛਕ ਲਿਆ ਸੀਗਾ ਉਹਨੇ, ਸਰਦਾਰ ਆ ਸੁੱਖਾ ਆਇਆ, ਮੈਂ ਫੋਟੋ ਵੀ ਲਾ ਦੂੰਗਾ ਨਾਲ। ਫਿਰ ਕਹਿੰਦੇ ਸਟੇਟਸ ਲਾਇਆ ਹੋਇਆ ਆਰ ਆਈ ਪੀ ਲਿਖ ਕੇ, ਤਾਂ ਮੈਨੂੰ ਬੜਾ ਸ਼ੌਕ ਜਿਹਾ ਹੋਇਆ ਹੁਣ ਸੂਸਾਂ ਜਾਣਾ। ਮੈਂ ਕਿਹਾ ਪਤਾ ਕਰਦਾ ਹੈ ਨਾ, ਕਿਉਂਕਿ ਬਹੁਤ ਨਾਈਸ ਬੰਦਾ ਸੀਗਾ ਉੱਥੇ ਸੇਵਾ ਕਰਦਾ, ਉਹ ਬਹੁਤ ਘੈਂਟ ਬੰਦਾ ਸੀਗਾ, ਹੁਣ ਲਾਈਕ ਮੁੱਛਾਂ ਮਾਛਾਂ ਰੱਖ ਲਈਆਂ, ਐਨ ਵਧੀਆ ਸੋਹਣਾ ਲੱਗਦਾ ਸੀ ਭਾਜੀ। ਅਤੇ ਜੇ ਗੱਲ ਰੱਬ ਕਰੇ ਨਾ ਹੀ ਸੱਚੀ ਹੋਵੇ, ਜੇ ਸੱਚ ਹੋਈ ਹੋਵੇ ਮੈਂ ਤੁਹਾਨੂੰ ਦੱਸ ਦੂੰਗਾ। ਯਾਨੀ ਕਿ ਯਾਰ ਬਹੁਤ ਮਾੜਾ ਹੋਇਆ, ਜਿਹੜੇ ਸੂਸਾਂ ਜਾਂਦੇ ਤੁਸੀਂ ਤਾਂ ਦੇਖਿਆ ਹੋਣਾ ਵੀਰੇ ਨੂੰ, ਇਹ ਲੰਗਰ ਹਾਲ 'ਚ ਹੀ ਹੁੰਦਾ ਸੀਗਾ, ਸੋ ਮੈਨੂੰ ਇਹ ਚੀਜ਼ ਦਾ ਬਹੁਤ ਦੁੱਖ ਲੱਗਾ ਕਿ ਉਹ ਸੁਣ ਕੇ ਹੈ ਨਾ, ਕਿਉਂਕਿ ਕਰਨ ਦੀ ਮੰਮੀ ਨਾਲ ਆਈ, ਉਹਦੇ ਸਟੇਟਸ ਲਾਇਆ ਕਿਸੇ ਨੇ, ਕਹਿੰਦੇ ਉਹਨਾਂ ਨੇ ਦੱਸਿਆ ਮੈਨੂੰ, ਮੈਂ ਚਲੋ ਹੁਣ ਜਾ ਕੇ ਸੂਸਾ ਪਤਾ ਕਰ ਲਾਂਗੇ ਇਹ ਸੱਚ ਆ ਕਿ ਉਦੇ ਕਿਸੇ ਨੇ ਅਲਤਨਾ ਕੀਤੀ ਹੋਵੇ ਨਾ। ਚਲੋ ਪਹਿਲਾਂ ਮੈਂ ਗੈਸ ਸਟੇਸ਼ਨ ਤੋਂ ਜਾਇਆ ਮੈਂ, ਫਿਰ ਆ ਕੇ ਕਰਦੀ ਗੱਲ, ਨਹੀਂ ਤਾਂ ਉਹਨਾਂ ਨੇ ਪਾਉਣੇ ਨਹੀਂ ਸੀ ਮੈਨੂੰ, ਪੈਸੇ ਨਹੀਂ ਤਾਂ ਉਹਨਾਂ ਨੇ ਪਾਉਣੇ ਨਹੀਂ ਸੀ, ਇੱਦਾਂ ਪਾਉਂਦੇ ਨਹੀਂ ਹੈਗੇ, ਕੋਈ ਨਹੀਂ ਪਾ ਦਿੱਤੇ ਮੇਰੇ ਨਾਂ 'ਤੇ ਪਏ ਆ। ਆਹ ਕਹਿੰਦੇ ਤੁਸੀਂ ਉਹਦੇ ਮੰਮੀ ਆ ਨਾ, ਮਨੀ ਦੇ ਬੈਠਾ ਨਾ ਕੀ ਕਹਿੰਦੇ ਪਾ ਦਣਾ। ਚਲੋ ਗਾਇਸ ਗੈਸ ਗੂਸ ਪਵਾ ਲਈ ਆ ਕਾਰ ਦੇ ਵਿੱਚ, ਰਕਮ ਜ਼ਿਆਦਾ ਵੱਡੀ ਸੀ ਨਾ ਤਾਂ ਨਾ, ਤੇ ਚਲੀਏ ਘਰ ਨੂੰ। ਘਰ ਪਹਿਲਾਂ ਇਹਦਾ ਡੱਬਾ ਲੈ ਕੇ ਗਿਆ, ਫਰਿੱਜ 'ਚ ਰੱਖਿਆ ਸੀ, ਮਾਮੇ ਨੇ ਚਾਹ ਨਾ ਚੱਕ ਕੇ ਬੇਸਣ ਖਾ ਲਿਆ, ਦੁੱਧ ਦੁੱਧ ਚੜਾਉਣਾ ਸੀ ਦੁਬਾਰਾ, ਮੈਂ ਕਿਹਾ ਚੱਲ ਲੈ ਲੈਂਦੇ ਜਾਂਦੇ। ਅੱਛਾ ਮੈਂ ਰੱਖੀ ਦੇ ਲਓ ਹਜੇ, ਅੰਮੀ ਟਾਈਮ ਕਿੰਨਾ ਹੋਇਆ, 8:30 ਹੋਇਆ, ਹਜੇ ਵੀ ਸੰਗਤ ਹੈਗੀ ਆ, 8 ਵਜੇ ਚੱਲੇ ਯਾਰ। ਪਹਿਲਾਂ ਉਹਦਾ ਪੁੱਛਿਆ ਭਾਈ ਨੂੰ, ਹੈ ਭਾਜੀ ਬੜਾ ਯਾਰ ਮੁੰਡਾ ਸੇਵਾ ਕਰਾਉਂਦਾ ਸੀ ਉਹਦੀ, ਜਿੱਦਾਂ ਦੇਖ ਰਹੇ ਆਹਾਂ ਫਾਹ ਲੈ ਲਿਆ ਕਹਿੰਦੇ, ਮੈਂ ਕਿਹਾ ਇੱਦਾਂ ਤਾਂ ਲੱਗਦਾ ਨਹੀਂ ਭਾਈ ਉਹ, ਇੱਦਾਂ ਹੋਊਗਾ ਨਾ ਕਿਸੇ ਨੂੰ, ਉਹਨਾਂ ਨੂੰ ਇਹਨਾਂ ਨੂੰ ਵੀ ਨਹੀਂ ਚੰਗੀ ਤਰ੍ਹਾਂ ਪਤਾ ਹਜੇ ਮੁੰਡਿਆਂ ਨੂੰ ਵੀ, ਨਹੀਂ ਯਾਰ ਇੰਨਾ ਖੁਸ਼ ਹੁੰਦਾ, ਇਹਨਾਂ ਖੁਸ਼ ਹੋ ਕੇ ਉਹਨੇ ਮਿਲਣਾ ਆ, ਮੇਰੇ ਪੁਰਾਣੇ ਬਲੌਗਾਂ ਦੇ ਵਿੱਚ ਵੀ ਹੈਗਾ, ਮੈਂ ਦਿਖਾਉਂਗਾ ਤੁਹਾਨੂੰ ਵੀਡੀਓ। ਓ ਸ਼ਿਟ ਯਾਰ।
ਵਾਕਈ ਯਾਰ ਸੱਚੀ ਗੱਲ ਹੀ ਆ ਕਹਿੰਦੇ ਸੁੱਖੇ ਭਾਈ ਦਾ ਬਰਿਆਮ ਹੀ ਸੀਗਾ ਪਿੰਡ ਉਹਨਾਂ ਦਾ ਅਤੇ ਗੱਲ ਉਹਨਾਂ ਦੀ ਯਾਰ ਇੱਦਾਂ ਹੋਈ ਆ ਭਾਜੀ ਦੀ ਫਾਹਾ ਲੈ ਲਿਆ ਉਹਨੇ ਲੈ ਲਓ ਬੰਦਾ ਲੱਗਦਾ ਹੋਊਗਾ ਕਿ ਇੱਦਾਂ ਲਿਆ ਹੋਊਗਾ ਜਾਂ ਕਿਵੇਂ ਹੈ ਨਾ ਅਤੇ ਘਰ ਵੀ ਇਕੱਲਾ ਹੀ ਆ ਕਿਉਂਕਿ ਵਾਈਫ ਉਹਦੀ ਅਤੇ ਨਾਲ ਉਹਨਾਂ ਦਾ ਉਹ ਹੋਇਆ ਹੈ ਨਾ ਡਿਵੋਰਸ ਹੋਇਆ ਸੀਗਾ ਅਤੇ ਛੋਟੀ ਗੁੜੀਆ ਸੀਗੀ ਅਤੇ ਉਹਨੂੰ ਪੜ੍ਹਾਉਂਦੇ ਸੀਗੇ ਇੱਧਰ ਬੜੂ ਸਾਹਿਬ ਯਾਨੀ ਕਿ ਵਧੀਆ ਪੜ੍ਹਾਈ ਲਿਖਾਈ ਉਹਦੇ ਸਾਰੇ ਪੈਸੇ ਭਾਜੀ ਖਰਚਦਾ ਸੀਗਾ ਉਹ ਕਿਤੇ ਹੁਣ ਲਾਸਟ 'ਤੇ ਆਪਣੀ ਮੰਮੀ ਦੇ ਨਾਲ ਮਿਲਣ ਵਰਤਣ ਲੱਗ ਪਈ ਉਹਨਾਂ ਫੋਟੋਆਂ ਵਟਸਐਪ ਕਹਿੰਦੇ ਪਾਉਣ ਲੱਗ ਪਈ ਉਹ ਟੈਨਸ਼ਨ ਲੈ ਗਿਆ ਉਹ ਜ਼ਿਆਦਾ ਕਿਉਂਕਿ ਘਰ ਵਾਲੇ ਨੂੰ ਛੱਡਿਆ ਹੋਇਆ ਸੀ ਹੈ ਨਾ ਸੋ ਉਹ ਟੈਨਸ਼ਨ ਭਾਜੀ ਨੇ ਕਹਿੰਦੇ ਲੈ ਲਈ ਉਹਦੇ ਕਰਕੇ ਫਿਰ ਰੂਮ ਦੇ ਵਿੱਚ ਜਿੱਦਾਂ ਰਾਤ ਨੂੰ ਫਾਹਾ ਲੈ ਲਿਆ ਦਿਨੇ ਦੁਪਹਿਰੇ 3 ਵਜੇ ਕੱਢਿਆ ਉਹਨਾਂ ਨੇ ਮੁੰਡਿਆਂ ਨੇ ਇੱਥੇ ਸੇਵਾਦਾਰਾਂ ਨੇ ਅਤੇ ਕਾਗਜ਼ 'ਤੇ ਲਿਖ ਕੇ ਗਿਆ ਕਿ ਮੋਟਰਸਾਈਕਲ ਆਪਣੇ ਸੋਰੀ ਟਰੈਕਟਰ ਜਿਹੜਾ ਮੇਰਾ ਕਹਿੰਦਾ ਉਹ ਮੇਰੇ ਭਤੀਜੇ ਨੂੰ ਦੇ ਦਿਓ ਅਤੇ ਜ਼ਮੀਨ ਜਿਹੜੀ 6-7 ਖੇਤ ਸੀਗੀ ਉਹ ਗੁਰਦੁਆਰੇ ਦੇ ਦਿੱਤੀ ਉਹਨੇ ਬਾਬਾ ਜੀ ਨੂੰ ਸੋ ਯਾਨੀ ਕਿ ਪੂਰਾ ਉਹਦਾ ਮਾਇੰਡ ਬਣ ਗਿਆ ਸੀਗਾ ਸੈੱਟ ਯਾਨੀ ਕਿ ਹੈ ਨਾ ਪਰ ਇੱਦਾਂ ਹਜੇ ਵੀ ਯਕੀਨ ਨਹੀਂ ਹੁੰਦਾ ਪਿਆ ਯਾਰ ਬਹੁਤ ਮਾੜਾ ਹੋਇਆ ਇਹਦਾ ਇੱਥੇ ਆ ਕੇ ਬੜਾ ਉਹਨੇ ਖੁਸ਼ੀ ਖੁਸ਼ੀ ਮਿਲਣਾ ਹੈ ਨਾ ਸਾਰੇ ਬੰਦੇ ਹੋਰ ਤਰ੍ਹਾਂ ਹੋਏ ਆ ਕਿੱਥੇ ਜਿੱਦਾਂ ਤੁਹਾਨੂੰ ਪਤਾ ਹੁਣ ਇਕੱਠੇ ਸਾਰੇ ਸੇਵਾ ਕਰਾਉਂਦੇ ਮੁੰਡੇ ਅੰਦਰ ਵੀ ਉਹ ਸਾਰਿਆਂ ਦੇ ਮੂੰਹ ਹੋਰ ਤਰ੍ਹਾਂ ਹੋਏ ਆ ਉਹਨਾਂ ਨੇ ਦੱਸਿਆ ਸਾਰਾ ਉਹ ਕਹਿੰਦੇ 3 ਵਜੇ ਲਾਇਆ ਫਿਰ ਦੁਪਹਿਰ ਨੂੰ ਫੋਨ ਫਾਨ ਬੰਦ ਸੀਗਾ ਅਤੇ ਕਾਗਜ਼ 'ਤੇ ਸਾਰਾ ਏ ਟੂ ਜੈੱਡ ਲਿਖਤਾ ਕਿ ਹੈ ਨਾ ਮੈਂ ਇਸ ਕਰਕੇ ਕਰ ਰਿਹਾ ਅਤੇ ਮੇਰਾ ਟਰੈਕਟਰ ਭਤੀਜੇ ਦੇ ਦਿਓ ਅਤੇ ਮੇਰੀ ਜ਼ਮੀਨ ਗੁਰਦੁਆਰੇ ਦੇ ਦਿਓ ਅਤੇ ਉਹ ਕੁੜੀ ਹੁਣ ਬਾਕੀ ਰੱਬ ਜਾਣੇ ਹੌਲੀ ਹੌਲੀ ਪਤਾ ਲੱਗ ਜੂਗਾ ਯਾਨੀ ਕਿ ਮੇਨ ਹਜੇ ਮੈਨੂੰ ਇਹੀ ਪਤਾ ਲੱਗਾ ਆ ਅਤੇ ਜਿਹੜੀ ਉਹਦੀ ਕੁੜੀ ਸੀਗੀ ਉਹਨੂੰ ਯਾਨੀ ਕਿ ਉੱਤੇ ਸਾਰੇ ਪੈਸੇ ਖਰਚ ਰਿਹਾ ਸੀ ਉਹਨੂੰ ਪੜ੍ਹਾ ਲਿਖਾ ਰਿਹਾ ਸੀਗਾ ਅਤੇ ਉਹਦੀ ਟੈਨਸ਼ਨ ਲੈ ਗਿਆ ਕਿ ਹਾਂ ਇਹ ਆਪਣੀ ਮੰਮੀ ਨੂੰ ਕਹਿੰਦਾ ਮਿਲਣ ਵਰਤਣ ਲੱਗ ਪਈ ਹੈ ਨਾ ਬਰਥਡੇ ਸੀਗਾ ਕਿੰਨੇ ਵਧੀਆ ਸੀਗੇ ਆਪਾਂ ਹੈਪੀ ਹੈ ਨਾ ਦੇਖ ਲਓ ਘੜੀ ਦਾ ਨਹੀਂ ਪਤਾ ਹੁੰਦਾ ਮਨ ਜਿਹਾ ਖਰਾਬ ਹੋ ਗਿਆ ਕਿਉਂਕਿ ਹਰੇਕ ਸੰਡੇ ਆਪਾਂ ਆਈਦਾ ਹੈ ਨਾ ਆਪਣਾ ਬਹੁਤ ਜ਼ਿਆਦਾ ਪਿਆਰ ਸੀਗਾ ਉਹਦੇ ਨਾਲ ਅਤੇ ਕਈ ਵੇਲੇ ਜਦੋਂ ਮੈਂ ਦੁੱਧ ਦੁੱਧ ਲੈ ਕੇ ਆਉਣਾ ਡੋਲੂ ਦੇ ਵਿੱਚ ਅਤੇ ਉਹਨੇ ਦਾਲ ਪਾ ਕੇ ਦੇ ਦੇਣੀ ਕਹਿਣਾ ਮੈਂ ਕਹਿਣਾ ਨਹੀਂ ਭਾਜੀ ਯਾਰ ਜਿੱਦਾਂ ਕਿ ਆਪਾਂ ਨੂੰ ਸ਼ਰਮ ਜੀ ਆਉਣ ਲੱਗ ਪੈਂਦੀ ਹੈ ਨਾ ਕਹਿਣਾ ਜੇ ਕੋਈ ਦੇਖੂਗਾ ਕਹਿਣਾ ਯਾਰ ਦਾਲ ਚੱਕੀ ਫਿਰਦਾ ਇਹ ਉਹ ਕਹਿਣਾ ਇੱਦਾਂ ਨਹੀਂ ਪਰਵਾਹ ਕਰੀ ਦੀ ਕੋਈ ਨਹੀਂ ਤੂੰ ਲੈ ਜਾ ਥੋੜ੍ਹਾ ਜਿਹਾ ਪ੍ਰਸ਼ਾਦ ਤੌਰ 'ਤੇ ਲੈ ਜਾ ਕਹਿਣਾ ਉਹਨੇ ਉਹ ਮੈਨੂੰ ਪਾ ਕੇ ਦੇ ਦੇਣੀ ਡੋਲੂ 'ਚ ਦੁੱਧ ਵਾਲੇ 'ਚ ਉਹ ਸ਼ੱਟ ਵਾਹਿਗੁਰੂ ਸਤਨਾਮ ਪਰਮਾਤਮਾ ਮਿਹਰ ਰੱਖੀ ਸਭ 'ਤੇ ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਨੇ ਸਵੇਰ ਦੇ ਵੱਜ ਗਏ ਨੇ 10 o'clock ਆਈ ਐਮ ਗੋਇੰਗ ਟੂ ਨਾ ਫਗਵਾੜਾ ਸਿਟੀ ਦਾ ਦਾ ਫਿਰ ਬਾਅਦ 'ਚ ਕਰਦੇ ਹਾਂ ਗੱਲ ਆਪਣੇ ਕਿੱਦਾਂ ਚੱਲੇ ਮੈਂ ਦਰਜਨ ਕੇਲੇ ਨਾਲ ਨਾਲ ਤੁਹਾਨੂੰ ਮੈਂ ਰੇਟ ਵੀ ਦੱਸ ਦੇਣਾ ਉਹਨਾਂ ਸਿੰਘਾਂ ਨੂੰ ਇਕੱਲਿਆਂ ਨੂੰ ਫ੍ਰੀ ਹੁੰਦਾ ਬਸ ਠੀਕ ਹੈ
ਤੇਰਾ ਪਿੰਡ ਆ ਗਏ ਤੇਰੇ ਬਾਹਰ ਆ ਜਾ ਤੂੰ ਕਹਿ ਬਾਹਰ ਆ ਜਾ ਬਾਹਰ ਆ ਜਾ ਕਿੰਨੇ ਫੋਨ ਕਰਤੇ ਸੁਖਮਨੀ ਨੇ ਕਿੱਥੇ ਜਾ ਗਏ ਨਾਨੀ ਕਿੱਥੇ ਜਾ ਗਏ ਮੰਮੀ ਡਰ ਪਈ ਮੰਮੀ ਡਰ ਪਈ ਤੇਰਾ ਬਾਹਲਾ ਕਰਦੀ ਆ ਨਾ ਮੰਮੀ ਬੰਦ ਚੱਪਲਾਂ ਚ ਹੈ ਸੁਖਨੀ ਨੇ ਪਤਾ ਕਹਿੰਦਾ ਹੁਣ ਲੁੱਕ ਜਾਣਾ ਹਾਂ ਹੁਣ ਇਹੀ ਆ ਗਿਆ ਹੁਣ ਘੜੀ ਫੋਨ ਕਰੀ ਜਾਂਦੀ ਕਿ ਮੈਂ ਲੈ ਜਾਣਾ ਬਸ ਹੁਣ ਕਿਉਂਕਿ ਮੇਰੇ ਕਿੰਨੇ ਦਿਨ ਹੋ ਗਏ ਸੁਖਨੀ ਹੈਲੋ ਕਰਦੇ ਸਾਰਿਆਂ ਨੂੰ ਤੂੰ ਕਹਿ ਹੈਲੋ ਹੈਲੋ ਗਾਇਸ ਤੂੰ ਕਹਿ ਕਹਿ ਨਾਨੀ ਤੇਰੀ ਨੇ ਖਾ ਲੈ ਨਾਨੀ ਤੇਰੀ ਖਾਂਦੀ ਆ ਕੈਂਡੀ ਜੋਏ ਖਾਂਦੀ ਆ ਪਿੱਛੇ ਪੈਣਾ ਗੋਲਡੀ ਦੇ ਦਰਸ਼ਨ ਕਰਾ ਦਈਏ ਉਹ ਭਰਾ ਗੋਲਡੀ ਓਏ ਓ ਗੋਲਡੀ ਕਿਵੇਂ ਮੇਰੀ ਜਾਨ ਗੋਲਡੀ ਦੇ ਸੁਖਨੀ ਨੇ ਮੇਰੇ ਗੁੱਤ ਕਰਤੀ ਮੀਟਿੰਗਾਂ ਕਰਤੀਆਂ ਆਪਣੀ ਰਾਊਟ ਲਾ ਕੇ ਮੇਰੇ ਲਾ ਤੀ ਲਾਈ ਰੱਖਾਂ ਹੈ ਨਾਨੀ ਕਿੰਨਾ ਕੁਛ ਲੈ ਕੇ ਆਈ ਤੇ ਲਈ ਸੁਖਨੀ ਵਾਹ ਇੰਨੇ ਲੇਸ ਬਸ ਲੈ ਲੈ ਹੁਣ ਹੁਣ ਲੈਣਾ ਹੋਰ ਕੀ ਲੈਣਾ ਹੋਰ ਨਹੀਂ ਜਾਣਾ ਤੂੰ ਅੰਦਰ ਚੱਲ ਅੰਦਰ ਨਹੀਂ ਜਾਣਾ ਮੇਰੇ ਪੁੱਤ ਨੇ ਆਪਾਂ ਜਾਣਾ ਹਾਂ ਭੇੜ ਦੇ ਮੇਰੇ ਚੁੰਡੀ ਕਰਦੀ ਆਪਣੀ ਰਬਟ ਲਾ ਕੇ ਆ ਗਏ ਸੀ ਆਪਾਂ ਘਰੇ ਅਤੇ ਸੁਖਨੀ ਨਾਲ ਰੌਣਕ ਰਹੂਗੀ ਥੋੜ੍ਹੇ ਦਿਨ ਲਾਈਕ ਹੈ ਨਾ ਵਧੀਆ ਰਹੂਗਾ ਕਰਦੇ ਆ ਫਿਰ ਹੁਣ ਟਹਿੜਿਆ ਮੈਂ ਰੈਸਟ ਕਰ ਲਈ ਘੜੀ ਸ਼ਾਮ ਨੂੰ ਕਰਦੇ ਹਾਂ ਬਲੌਗ ਕੰਟੀਨਿਊ ਬਣੇ ਤਾਂ ਬਲੌਗ ਦੇ ਨਾਲ